ਮੇਰੇ ਭੈਣ ਭਾਈਆਂ ਤੱਕ ਬਰਬਕਤ ਪਹੁੰਚਦੀ ਰਹੀ ਅੱਜ ਦੀ ਵੀਡੀਓ ਕੋਸ਼ਿਸ਼ ਕਰਦੀ ਆ ਅਤੇ ਹੁਣ ਸਬਜ਼ੀ ਲੱਗੀ ਆ ਬਣਾਉਣ ਊਜ਼ਮਾ ਦੇ ਗਾਰਡਨ 'ਚ ਤੋੜੀ ਆ ਉਹਦੇ ਭੈਣ ਭਾਈ ਕਹਿੰਦੇ ਸੀਗੇ ਊਜ਼ਮਾ ਵਿੱਚ ਚੁੱਪ ਚੁੱਪ ਕਿਉਂ ਤੁਸੀਂ ਕਿਉਂ ਆਂਟੀ ਜੀ ਉਹਦੀ ਸਬਜ਼ੀ ਉਹਦੇ ਬਿਨ ਪੁੱਛਦੇ ਨਾ ਤੋੜਿਆ ਕਰੋ ਅਤੇ ਊਜ਼ਮਾ ਕਹਿ ਰਹੀ ਹੈ ਮੇਰੀ ਸੀਰੀਅਲ ਕੀ ਗਾਰਡਨ ਹਾਂਜੀ ਮਹਿਮਾਨ ਆਏ ਹੋਏ ਸੀਗੇ ਅਤੇ ਬਲਾਲ ਭਾਈ ਨੇ ਖਤਮ ਕਰਵਾਇਆ ਵਾ ਉੱਧਰੋਂ ਸਾਰੇ ਹੋ ਕੇ ਆਏ ਆ ਅਤੇ ਮੈਂ ਵੀ ਉੱਧਰ ਹੋ ਆਈ ਹਾਂ ਤਾਂ ਆ ਕੇ ਹੁਣ ਮੈਂ ਕਿਹਾ ਨਾ ਇਹ ਵੀ ਭਾਵੇਂ ਚਾਵਲ ਵੀ ਖਾ ਲਏ ਨਾ ਅਤੇ ਜਿੰਨੇ ਚਿਰ ਰੋਟੀ ਨਾ ਖਾ ਲੈਣ ਭਾਵੇਂ ਥੋੜ੍ਹੀ ਖਾ ਲੈਣ ਅਤੇ ਇਹਨਾਂ ਨੂੰ ਸਬਰ ਨਹੀਂ ਹੁੰਦਾ ਹੈਗਾ ਚਾਹਤ ਵੀ ਮੇਰੇ ਤਰ੍ਹਾਂ ਰੋਟੀ ਪਹਿਲੇ ਖਾਣੀ ਹੁੰਦੀ ਇਹਨੇ ਚਾਵਲ ਨਹੀਂ ਖਾਣੇ ਹੁੰਦੇ ਅਤੇ ਹਾਂਜੀ ਰੋਟੀ ਤੋਂ ਬਗੈਰ ਵੀ ਸਬਰ ਹੁੰਦਾ ਹੁਣ ਮੈਂ ਜਲਦੀ ਚੌਲ ਖਾ ਲਈਏ ਅਤੇ ਰੋਟੀ ਬਗੈਰ ਨਹੀਂ ਸਬਰ ਹੁੰਦਾ ਹੈਗਾ ਹੁਣ ਮੈਂ ਜਲਦੀ ਜਲਦੀ ਸਬਜ਼ੀ ਬਣਾਈ ਜਾਂਦੀ ਸਬਜ਼ੀ ਬਣਾ ਕੇ ਅਤੇ ਚੱਲ ਕੇ ਖਾਣਾ ਬਣਾਉਂਦੇ ਅਤੇ ਫਿਰ ਨਾਲ ਖਾਣਾ ਬਣਾਉਂਗੀ ਨਾਲ ਆਪਣੇ ਬਣ ਬਈ ਫਿਰ ਕਰੂੰਗੀ ਗੋਸ਼ਤ ਖਾਈ ਨਹੀਂ ਹੁੰਦਾ ਹੈਗਾ ਅਤੇ ਖਾਈ ਨਹੀਂ ਹੁੰਦਾ ਹੈਗਾ ਤਾਂ ਕੁਛ ਥੋੜ੍ਹੇ ਟਿੰਡੇ ਲੱਭੇ ਸੀਗੇ ਅਤੇ ਪੰਜ ਟਿੰਡੇ ਲੱਭੇ ਅਤੇ ਕੁਛ ਤੋਰੀਆਂ ਲੱਭੀਆਂ ਚਲੋ ਮੈਂ ਕਿਹਾ ਰਾਤ ਦਾ ਗੁਜ਼ਾਰਾ ਚੱਲ ਜੂਗਾ ਨਾ ਥੋੜ੍ਹਾ ਛਿੱਲੀ ਜਾਂਦੀ ਲੋਕਾਂ ਦਾ ਆਪ ਕਮੀ ਫਿਰ ਵੀ ਕਮੀ ਆਪ ਕਹੀ ਕਹਿੰਦਾ ਮੈਂ ਤਾਂ ਸ਼ੁਭਾ ਤੱਤੇ ਦਾ ਦੋਸਤ ਵੀ ਖਾਂਦਾ ਹੈਗਾ ਤੋਤਲੀਆਂ ਜੇ ਗੱਲਾਂ ਕਰਦਾ ਮਰੀਆਂ ਬੇਟੀ ਨੇ ਕਰ ਦਿੱਤੀ ਹੈ ਤੇ ਰੱਖਿਆ ਹੋਇਆ ਵਾ ਮੰਮਣ ਦਾ ਨਿਸ਼ਦਾ ਤੇ ਨਾਇਆ ਫਾਤਮਾ ਦਾ ਦੁੱਧ ਹਾਂਜੀ ਉਬਲਣ ਵਾਸਤੇ ਸਮਾਨ ਵੀ ਸਾਰਾ ਮੇਰਾ ਰੈਡੀ ਹੋ ਚੁੱਕਾ ਚੁੱਲ੍ਹੇ ਦੇ ਕੋਲ ਉਹ ਵੀ ਸਾਨੂੰ ਜ਼ਰਾ ਨਹੀਂ ਰਹਿ ਗਿਆ ਵਾ ਚੱਲ ਅੱਛਾ ਕੋਈ ਗੱਲ ਨਹੀਂ ਸਾਰੀ ਰਾਤ ਆਪਣੀ ਆ ਖਾਣੇ ਬਣਾਉਣ ਦੀ ਅਤੇ ਅੱਛਾ ਜੀ ਸਬਜ਼ੀ ਜਿਹੜੀ ਸਬਜ਼ੀ ਮਾਸ਼ਾਅੱਲਾ ਮੈਂ ਸਾਰੀ ਰੈਡੀ ਕਰ ਚੁੱਕੀ ਹਾਂ ਅੱਛੀ ਤਰ੍ਹਾਂ ਵਾਸ਼ ਕਰ ਲੈਂਦੀ ਹੈ ਅਤੇ ਲਸਣ ਦਾ ਪੇਸਟ ਮੈਂ ਬਣਾਉਂਦੀ ਹਾਂ ਅਤੇ ਪਿਆਜ਼ ਕੱਟ ਲੈਂਦੀ ਕੱਟ ਕੇ ਅਤੇ ਹੁਣ ਜਲਦੀ ਜਲਦੀ ਫਿਰ ਖਾਣਾ ਬਣਾਉਂਦੀ ਹਾਂ ਚਾਰਪਾਈਆਂ ਸਾਰੀਆਂ ਕੱਢ ਕੇ ਅਤੇ ਡਾ ਦਿੱਤੀਆਂ ਵਾਸ਼ਾ ਬੱਡੀ ਨੇ ਪੱਖਾ ਲਾ ਦਿੱਤਾ ਵਾ ਪੱਖੇ 'ਤੇ ਮੈਂ ਬੈਠ ਕੇ ਅਤੇ ਪਹਿਲੇ ਮੈਂ ਕੱਟ ਰਹੀ ਹਾਂ ਪਿਆਜ਼ ਕੱਟ ਲੈਂਦੀ ਹਾਂ ਅੱਛਾ ਜੀ ਅੰਮੀ ਉਹਨਾਂ ਨੇ ਪਿਆਜ਼ ਮਤਲਬ ਕੱਟੀ ਜਾ ਰਹੇ ਆ ਅਤੇ ਮੈਂ ਜਲਦੀ ਜਲਦੀ ਘੇ ਜਿਹੜਾ ਵਿੱਚ ਮਿਕਸ ਕਰ ਦਿੱਤਾ ਕਿਉਂਕਿ ਅੱਗ ਜਲੀ ਜਾ ਰਹੀ ਸੀਗੀ ਬਾਲਣ ਖਤਮ ਹੋਇਆ ਵਾ ਅਤੇ ਇਸ ਵਾਸਤੇ ਵੀ ਅੱਗ ਅਜਾਇਆ ਜਾ ਰਹੀ ਸੀਗੀ ਅਤੇ ਕਿ ਹੁਣ ਅੱਛੀ ਤਰ੍ਹਾਂ ਗਰਮ ਹੋ ਜਾਂਦਾ ਅਤੇ ਅੰਮੀ ਉਹਨੇ ਪਿਆਜ਼ ਕੱਟ ਲੈਂਦੇ ਮੈਂ ਅਨਾਇਆ ਫਾਤਮਾ ਦਾ ਅਤੇ ਮੁਹੰਮਦ ਦਾਹਨ ਦਾ ਦੁੱਧ ਵੀ ਕੱਟ ਲਿਆ ਉਹ ਸੋਰੀ ਗਰਮ ਕਰ ਲਿਆ ਗਰਮੀ ਦੇ ਨਾਲ ਉੱਦਾਂ ਹੀ ਘੁੰਮੇ ਪਏ ਆ ਬੰਦੇ ਵਿਚੋਂ ਵੀ ਚੌਲ ਖਾਣ ਵਾਲੇ ਕੁਛ ਨਹੀਂ ਜਾਣ ਹਾਂਜੀ ਦੁਕਾਨ ਚੱਲੀ
ਚਲ ਜਾਓ ਦੁਕਾਨ ਤੇ ਜਾਓ। ਹਲੇ ਮੇਰੀ ਮੈਡਮ ਆ ਵਿੱਚ ਮਿਕਸ ਕਰ ਦੇ ਪਿਆਜ਼ ਤੇ ਮੈਂ ਲਸਣ ਤੇ ਹਰੀ ਮਿਰਚ ਦਾ ਕੱਟ ਲਾਉਂਦੇ ਨੇ। ਠੀਕ ਹੈ ਜੀ। ਐਸ਼ਾ ਭੈਣ ਕਹਿ ਰਹੀ ਅੱਜ ਮੈਂ ਇਹਨੂੰ ਕਿਹਾ ਸੀਗਾ ਖਾਣੇ ਤੋਂ ਪਹਿਲਾਂ, ਮੈਂ ਕਿਹਾ ਅੱਜ ਹਾਡੀ ਤੁਸੀਂ ਤਿਆਰ ਕਰਨੀ ਹੈ, ਅੱਜ ਆਪਣੇ ਹੱਥ ਹੀ ਖਾਓ ਕਰ। ਕਾਫੀ ਦਿਨ ਹੋ ਗਏ ਨਾ ਖਾਣਾ ਤਿਆਰ ਕੀਤਾ ਐਸ਼ਾ ਭੈਣ ਨੇ। ਠੀਕ ਹੋ ਗਿਆ, ਆ ਜਾਓ ਜੀ ਆਪਣੀ ਸੀਟ 'ਤੇ ਆ ਜਾਓ। ਪਿਆਜ਼ ਹੋ ਜਾਂਦੇ ਅੱਛੀ ਤਰ੍ਹਾਂ ਬਰਾਉਣ। ਅੱਛਾ ਜੀ, ਪਿਆਜ਼ ਅਤੇ ਲਸਣ ਅਤੇ ਗੋਲਡਨ ਬਰਾਊਨ ਹੋ ਗਿਆ ਸੀਗਾ, ਪਾਊਡਰ ਮਸਾਲੇ ਵਿੱਚ ਮਿਕਸ ਕਰ ਦਿੱਤੇ। ਅੱਛਾ ਬੇਟੀ ਬਣਾ ਰਹੀ ਹੈ ਅਤੇ ਸਿੰਪਲ ਮੈਂ ਬੈਠ ਕੇ ਬਣਾਉਂਦੀ ਹਾਂ, ਅਤੇ ਹੁਣ ਜਲਦੀ ਜਲਦੀ ਇਹ ਮਸਾਲਾ ਸਾਰਾ ਅੱਛੀ ਤਰ੍ਹਾਂ ਫਰਾਈ ਹੋ ਜਾਂਦਾ, ਇਸੇ ਵਿੱਚ ਮਿਕਸ ਕਰਦੇ ਹਾਂ ਸਬਜ਼ੀ। ਅੱਛਾ ਜੀ, ਮਸਾਲਾ ਰੈਡੀ ਹੋ ਗਿਆ, ਹੁਣ ਵਿੱਚ ਮੈਂ ਪਾਉਣ ਲੱਗੀ ਹਾਂ ਸਬਜ਼ੀ। ਇਹਨੂੰ ਅੱਛੀ ਤਰ੍ਹਾਂ ਮਿਕਸ ਕਰਦੀ ਹਾਂ, ਜਦੋਂ ਬਣ ਗਈ ਉਦੋਂ ਆਪਣੇ ਭੈਣ ਭਾਈਆਂ ਨਾਲ ਸ਼ੇਅਰ ਕਰਾਂਗੇ। ਅੱਛਾ ਜੀ, ਮਾਸ਼ਾਅੱਲਾ ਖਾਣਾ ਬਣ ਕੇ ਤਿਆਰ ਹੋ ਗਿਆ। ਥੋੜ੍ਹੀਆਂ ਜਿਹੀਆਂ ਰਸਮਿਸੀਆਂ ਜੀ ਰੱਖਣੀਆਂ, ਪਾਣੀ ਬਿਲਕੁਲ ਵਿੱਚੋਂ ਖੁਸ਼ਕ ਨਹੀਂ ਕਰਨਾ ਹੈਗਾ, ਅਤੇ ਖਾਣਾ ਮਾਸ਼ਾਅੱਲਾ ਬਣ ਗਿਆ ਵਾ। ਹੁਣ ਜਲਦੀ ਜਲਦੀ ਰੋਟੀ ਬਣਾ ਲੈਂਦੀਆਂ, ਰੋਟੀ ਬਣ ਜਾਂਦੀ ਹੈ ਅਤੇ ਸਭ ਨੂੰ ਫਿਰ ਰੋਟੀ ਦਿੰਦੀ। ਭਾਈ ਫੀਸ ਵੀ ਆਇਆ, ਭਾਈ ਫੀਸ ਨੇ ਵੀ ਰੋਟੀ ਖਾਣੀ ਆ, ਕਿਉਂਕਿ ਉਹਨੂੰ ਵੀ ਚੌਲਾਂ ਨਾਲ ਸਬਰ ਨਹੀਂ ਹੈਗਾ ਸਾਡੇ ਤਰ੍ਹਾਂ। ਅੱਛਾ ਜੀ, ਮੈਂ ਮੰਦਾਨਿਸ਼ ਉੱਠ ਪਿਆ ਵਾ ਅਤੇ ਨਾਇਆ ਫਾਤਮਾ ਜਿਹੜੀ ਸੁੱਤੀ ਪਈ, ਲੈ ਜੀ ਨਾਇਆ ਫਾਤਮਾ ਵੀ ਉੱਠ ਪਈ। ਉੱਠ ਪਏ ਵੀ ਜੀ, ਉੱਠ ਪਏ ਉੱਠ ਪਏ, ਸੁਮਨ ਹੋ ਜਾਓ ਜੀ, ਸੁਮਨ ਹੋ ਜਾਓ, ਉੱਠ ਪਓ ਜੀ, ਉੱਠ ਪਓ ਉੱਠ ਉੱਠ ਪਓ। ਨਵੇਂ ਕੱਪੜੇ ਪਾ ਕੇ ਨਾਇਆ ਫਾਤਮਾ ਤਿਆਰ ਹੋਈ ਹੋਈ ਹੈ। ਅੱਛਾ ਜੀ, ਮਰੀਆਂ ਬੇਟੀ ਹੁਣ ਰੋਟੀ ਬਣਾਈ ਜਾਣ ਡਈ ਹੈ, ਜਲਦੀ ਰੋਟੀ ਬਣਾ ਲੈਂਦੀ। ਹਾਂਡੀ ਬਣ ਗਈ ਹੈ, ਹਾਂਡੀ ਨੀਚੇ ਲਾ ਦਿੱਤੀ ਹੈ, ਰੋਟੀ ਨਾਲ ਬਣਦੀ ਹੈ। ਸੇਕ, ਹਾਂਜੀ ਸੇਕਾ ਸੇਕਾ ਰੱਖਣਾ, ਸੇਕੇ ਦੇ ਨਾਲ ਫਟਾਫਟ ਸੇਕੀ ਆਓ, ਨਹੀਂ ਸੇਕੇ ਨਹੀਂ ਸੇਕੀ ਆਓ ਜਲਦੀ ਜਲਦੀ, ਹੱਥ ਹੱਥ ਨਾਲ ਥੱਲੋ। ਅੱਛਾ ਜੀ, ਰਸਾਨ ਬੇਟਾ ਲੈ ਕੇ ਆਇਆ ਕੋਲਡ, ਮਹਿਮਾਨ ਆਏ, ਚਲੋ ਜੋ ਵੀ ਆ ਨਾਲ ਲੈ ਕੇ ਆਏ ਨਿਮਕੋ, ਅਤੇ ਹੁਣ ਮਹਿਮਾਨਾਂ ਨੂੰ ਪਾ ਕੇ ਦਿੰਦੇ। ਰਸਾਨ ਹੁਣ ਲੱਗਾ ਜੂਸ ਪੀਣ, ਇਹ ਕਾਹਦੇ ਲਈ ਚਸਕਾ ਲਾਉਣ ਲੱਗਾ, ਇਹਦੇ ਵਿੱਚ ਵੀ ਇੱਕ ਬੱਚਾ ਜ਼ਿੰਦਾ ਹੈ, ਬੱਚਾ ਦਿਲ ਜਿੰਦਾ, ਦਿਲ ਜਿੰਦਾ ਕਿ ਬੱਚਾ ਜਿੰਦਾ, ਬੱਚਾ ਜਿੰਦਾ, ਬੱਚਾ ਵਾ ਦਿਲ ਵਿੱਚ। ਨਾਇਆ ਜੀ ਸੌ ਕੇ ਦੁਬਾਰਾ ਉੱਠ ਕੇ ਫੀਡਰ ਮੂੰਹ 'ਚ ਲੈ ਕੇ ਹੁਣ ਪਈ ਆ ਨਾਇਆ। ਅੱਛਾ ਜੀ, ਰਸਲਾਨ ਦਾ ਹਨਾਨ ਬੇਟਾ ਲੈ ਕੇ ਆਇਆ ਵਾ ਦੋ ਧਵਾਣੇ, ਇੱਕ ਇਹ ਵਾਲਾ ਕਿਉਂਕਿ ਦਿਹਾੜੀ ਜਾਂਦਾ ਵਾ ਅਤੇ ਉੱਥੇ ਫਿਰ ਦੁਆਣੇ ਖਰਬੂਜ਼ੇ ਨਾਲ ਤੜਾ ਕੇ ਆਉਂਦਾ, ਨਾਲ ਪੱਠੇ ਬੱਕਰੀਆਂ ਲਈ ਲੈ ਆਉਂਦਾ ਵਾ ਅਤੇ ਨਾਲੇ ਦੁਆਣੇ ਖਰਬੂਜ਼ੇ ਲੈ ਆਉਂਦਾ। ਦੋ ਲੈ ਕੇ ਆਇਆ ਦੁਆਣੇ, ਇੱਕ ਲੈ ਕੇ ਖਰਬੂਜ਼ਾ, ਉਹਨੇ ਫਰਿੱਜ ਵਿੱਚ ਰੱਖ ਦਿੱਤਾ, ਠੰਡੇ ਹੁੰਦੇ ਆ, ਠੰਡੇ ਹੋਏ ਤਾਂ ਫਿਰ ਅਸੀਂ ਖਾਂਦੇ। ਪਾਣੀ ਦੇ ਬੋਤਲਾਂ ਭਰ ਕੇ ਰੱਖਤੀਆਂ ਹੋਣ ਕਿਉਂਕਿ ਪਾਣੀ ਠੰਡੇ ਦੀ ਬਹੁਤ ਜ਼ਰੂਰਤ ਆ, ਵੀ ਪੀਣਾ ਪੈਂਦਾ ਵਾ। ਅੱਛਾ ਜੀ, ਭਾਈ ਫੀਸ ਨੂੰ ਰੋਟੀ ਦੇ ਦਿੱਤੀ ਆ ਅਤੇ ਭਾਈ ਖਾ ਰਹੇ ਆ, ਅਤੇ ਦੂਸਰਾ ਅੱਛਾ ਤਾਂ ਬੁਣ ਤਾਂ ਬਾਹਰ ਹੀ ਮੰਗਾ ਲਈਏ, ਅਤੇ ਆਪਦਾ ਭੈਣ ਅਤੇ ਨਿਧਾ ਫਾਤਮਾ ਗਈਆਂ ਹੋਈਆਂ ਉੱਧਰ ਨੂੰ ਦੂਸਰੇ ਘਰ, ਫਿਰ ਉਹ ਵੀ ਆ ਜਾਂਦੀਆਂ, ਉਹ ਵੀ ਆ ਕੇ ਰੋਟੀ ਖਾ ਲੈਂਦੀਆਂ, ਅਤੇ ਮਾਸ਼ਾਅੱਲਾ ਖਾਣਾ ਖਾਈ ਜਾਣ ਡੇ, ਮਤਲਬ ਸੋਹਣਾ ਬਣਿਆ। ਇਹ ਪਤਾ ਕਿੰਨੀਆਂ ਜਾਣੇ ਦੇ ਹੱਥ ਲੱਗੇ ਆ, ਅੱਧਾ ਕੀ ਨਹੀਂ, ਇਹ ਥੋੜ੍ਹਾ ਬਰੀਕ ਬਰੀਕ ਕੱਟ ਕੇ ਪਾਇਆ। ਹਾਂ, ਇਹ ਅੱਧਾ ਕਿ ਐਸ਼ਾ ਦਾ ਹੱਥ ਲੱਗਾ, ਅੱਧਾ ਕਿ ਮਰੀਅਮ ਦਾ, ਅੱਧਾ ਕਿ ਮੇਰਾ।
ਤਿੰਨਾਂ ਦਾ ਮਿਕਸ ਲੱਗਦਾ। ਇਹ ਮਰੀਅਮ ਨੇ ਪਾਇਆ, ਮਰੀਅਮ ਨੇ ਕਿ ਤਾਂ ਹੀ ਕਿ ਨਹੀਂ ਮਰੀਅਮ ਨੇ ਪਾਇਆ।